ਸਤਿ ਸ਼੍ਰੀ ਅਕਾਲ ਡੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਭਾਜਪਾ ਵੱਲੋਂ ਲੋਕ ਸਭਾ ਦੇ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਪਹਿਲੀ ਸੂਚੀ ਜਾਰੀ ਹੋ ਚੁੱਕੀ ਹੈ ਤੇ ਇਹਦੇ ਵਿੱਚ ਕਈ ਕੇਂਦਰੀ ਮੰਤਰੀਆਂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਇਹਨਾਂ ਸੂਚੀ ਵਾਲੇ ਲੀਡਰਾਂ ਦੇ ਵਿੱਚ ਇੱਕ ਨਾਮ ਹੈ ਅਜੇ ਮਿਸ਼ਰਾ ਟੈਣੀ ਦਾ। ਅਜੇ ਮਿਸ਼ਰਾ ਟੈਣੀ ਦੇ ਉੱਤੇ ਕਿਸਾਨਾਂ ਨੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਸੀਗੇ, ਉਹਨੂੰ ਬਰਖਾਸਤ ਕਰਨ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਕਿਉਂਕਿ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਉੱਤੇ ਇਲਜ਼ਾਮ ਨੇ ਕਿ ਉਹਨੇ ਗੱਡੀ ਦੇ ਨਾਲ ਕਿਸਾਨਾਂ ਨੂੰ ਦਰੜਿਆ ਸੀ, 4 ਕਿਸਾਨਾਂ ਦੀ ਜਾਨ ਚਲੀ ਗਈ ਸੀ, ਇੱਕ ਪੱਤਰਕਾਰ ਦੀ ਵੀ ਇਹਦੇ ਵਿੱਚ ਜਾਨ ਗਈ ਸੀ। ਤਾਂ ਹੁਣ ਉਸ ਨੂੰ ਦੁਬਾਰਾ ਫਿਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਦਕਿ ਅਸੀਂ ਮੰਗ ਕਰ ਰਹੇ ਹਾਂ ਕਾਰਵਾਈ ਦੀ, ਇਹ ਕਿਸਾਨ ਕਹਿੰਦੇ ਨੇ। ਤਾਂ ਇਸ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਖਾਸ ਤੌਰ ਦੇ ਉੱਤੇ ਅਸੀਂ ਸੰਪਰਕ ਕੀਤਾ ਬਲਦੇਵ ਸਿੰਘ ਸਿਰਸਾ ਹੋਰਾਂ ਦੇ ਨਾਲ, ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਭਾਜਪਾ ਤੋਂ ਅਸੀਂ ਕੀ ਉਮੀਦ ਰੱਖੀਏ, ਭਾਜਪਾ ਵੱਲੋਂ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦੇ ਕੇ ਸਾਡੇ ਜ਼ਖਮਾਂ ਦੇ ਉੱਤੇ ਲੂਣ ਛਿੜਕਿਆ ਗਿਆ। ਸਿਰਸਾ ਸਾਹਿਬ, ਬੀਜੇਪੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਕਈ ਕੇਂਦਰੀ ਮੰਤਰੀਆਂ ਨੂੰ ਦੁਬਾਰਾ ਫਿਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਇੱਕ ਅਜਿਹਾ ਨਾਮ ਆ ਜਿਹਦੇ ਖਿਲਾਫ ਕਿਸਾਨ ਯੂਨੀਅਨਾਂ ਵੱਲੋਂ, ਕਿਸਾਨ ਲੀਡਰਾਂ ਵੱਲੋਂ, ਕਿਸਾਨ ਆਗੂਆਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ, ਅਜੇ ਮਿਸ਼ਰਾ ਟੈਣੀ। ਤਾਂ ਉਹਨੂੰ ਇੱਕ ਵਾਰ ਫਿਰ ਉਸੇ ਹੀ ਲੋਕ ਸਭਾ ਸੀਟ ਤੋਂ ਖੀਰੀ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਜੀ ਕਿ ਇਹ ਅਸੀਂ ਗੱਲ ਸ਼ੁਰੂ ਤੋਂ ਕਹਿ ਰਹੇ ਹਾਂ ਜੀ ਕਿ ਇਹ ਜਿਹੜੀ ਸਰਕਾਰ, ਇਹ ਜਿਹੜੀ ਬੀਜੇਪੀ ਪਾਰਟੀ ਹੈ ਜੀ, ਇਹਨਾਂ ਦੀ ਸੋਚ ਕੀ ਆ, ਇਹਨਾਂ ਦਾ ਕਿਰਦਾਰ ਕੀ ਆ, ਇਹਨਾਂ ਦਾ ਕਰੈਕਟਰ ਕੀ ਆ, ਜਿਹੜੇ ਅੱਜ ਰਾਜ ਕਰ ਰਹੇ ਨੇ। ਤੁਸੀਂ ਇੱਕ ਵੇਖੋ ਕਿ ਅਜੇ ਟੈਣੀ ਮਿਸ਼ਰਾ ਇਹ ਗੱਲ ਸ਼ਰੇਆਮ ਸਟੇਜ ਤੇ ਬੋਲਿਆ ਜੀ ਕਿ ਮੈਂ MLA MP ਮੰਤਰੀ ਬਾਦਸ਼ਾਹ ਤੇ ਪਹਿਲਾਂ ਗੁੰਡਾ, ਮੈਂ ਨੀ ਕਹਿੰਦਾ, ਖੁਦ ਕਹਿੰਦਾ ਸੀ ਜੀ। ਹੁਣ ਉਸ ਗੁੰਡੇ ਨੇ ਗੁੰਡਾਗਰਦੀ ਕਰਦਿਆਂ ਹੋਇਆ ਸਾਡੇ ਨਿਰਦੋਸ਼ ਨਿਹੱਥੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਤੇ ਚੜ੍ਹ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ, 4 ਕਿਸਾਨ ਤੇ 1 ਪੱਤਰਕਾਰ ਜੀ। ਔਰ ਉਸ ਤੋਂ ਬਾਅਦ ਜੇ ਪਰਚਾ ਹੋਇਆ ਤੇ ਉਹ ਵੀ ਸਾਡੇ ਕਿਸਾਨਾਂ ਦੇ ਉੱਤੇ ਜੀ। ਕਿਸਾਨਾਂ ਦੀ ਸਾਡੀ ਮੰਗ ਸੀ ਕਿ ਇਹਨੂੰ ਮੰਤਰੀ ਪਦ ਤੋਂ ਬਰਖਾਸਤ ਕੀਤਾ ਜਾਵੇ ਜੀ, ਪਰ ਉਹਦੀ ਕੀ ਸੋਚ ਹੈ ਮੋਦੀ ਦੀ ਕਿ ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਅਜੇ ਟੈਣੀ ਨੂੰ ਬਰਖਾਸਤ ਨਹੀਂ ਕਰਾਂਗਾ। ਤੇ ਆ ਉਹਨੇ ਜ਼ਖਮਾਂ ਤੇ ਇੱਕ ਲੂਣ ਛਿੜਕਿਆ ਜੀ, ਭਈ ਉਹਨੂੰ ਦੁਬਾਰਾ ਟਿਕਟ ਦੇ ਕੇ ਜੀ। ਤੇ ਫਿਰ ਅਸਲ ਗੱਲ ਇਹ ਆ ਕਿ ਮੋਦੀ ਨੂੰ ਅਹੰਕਾਰ ਹੈ ਕਿ ਮੈਂ ਦੁਬਾਰੇ, ਇਹਨੇ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਪੱਤੇ ਖੇਡੇ ਆ। ਸਭ ਤੋਂ ਵੱਡਾ ਪੱਤਾ ਤੇ ਇਹਨੇ ਇਹ ਖੇਡਿਆ ਕਿ ਜਿਹੜਾ ਰਾਮ ਮੰਦਿਰ ਬਣਾਇਆ, ਹੁਣ ਆ ਭੋਲੇ ਭਾਲੇ ਲੋਕ ਜਿਹੜੇ ਨੇ, ਮੈਂ ਰਾਮ ਮੰਦਿਰ ਦੇ ਵਿਰੁੱਧ ਨਹੀਂ ਹੈ ਬਿਲਕੁਲ ਹੀ, ਤੇ ਤੁਸੀਂ ਬਣਾਓ ਜੀ ਸਕੇ ਬਣਾਓ, ਹਰ ਇੱਕ ਨੂੰ ਹੱਕ ਹੈ ਉਹ ਮੰਦਿਰ ਦੀ ਪੂਜਾ ਕਰੇ, ਮੰਦਿਰ ਬਣਾਵੇ, ਮਸੀਤ ਬਣਾਵੇ, ਉਹਦੀ ਮਸੀਤ ਚ ਪੂਜਾ ਕਰੇ, ਗਿਰਜਾ ਬਣਾਵੇ, ਗਿਰਜੇ ਚ ਪੂਜਾ ਕਰੇ, ਤੇ ਸਾਨੂੰ ਗੁਰਦੁਆਰੇ ਮੁਬਾਰਕ, ਜਿਹਨਾਂ ਨੂੰ ਮੰਦਿਰ, ਜਿਹੜੇ ਮੰਦਿਰ ਦੀ ਪੂਜਾ ਕਰਦੇ ਉਹਨਾਂ ਨੂੰ ਉਹ ਮੁਬਾਰਕ ਜੀ। ਲੇਕਿਨ ਸਵਾਲ ਇਹ ਆ ਕਿ ਦੇਸ਼ ਦੀ ਬਹੁ ਗਿਣਤੀ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਵਾਸਤੇ ਕੰਮ ਕੀਤਾ, ਸਰਕਾਰ
ਦਾ ਕੰਮ ਨਹੀਂ, ਇਹ ਤੇ ਜਿਹੜੇ ਧਾਰਮਿਕ ਲੋਕ ਨੇ ਜਿਸ ਤਰ੍ਹਾਂ ਸ਼ੰਕਰਾਚਾਰਿਆ ਵਗੈਰਾ ਜਿਹੜੇ ਇਹਨਾਂ ਦੇ ਧਰਮ ਦੇ ਜਿਹੜੇ ਮੱਠਾਂ ਦੇ ਪੁਜਾਰੀ ਨੇ, ਉਹਨਾਂ ਦਾ ਕੰਮ ਹੈ ਮੰਦਰਾਂ ਦੀ ਸੇਵਾ ਕਰਨੀ, ਮੰਦਰਾਂ ਦੀ ਪੂਜਾ ਕਰਨੀ। ਲੋਕਾਂ ਆਮ ਲੋਕਾਂ ਨੇ ਤੇ ਉੱਥੇ ਮਤਲਬ ਕਿ ਜਿਹੜਾ ਉਹ ਨਮਸਕਾਰ ਕਰਨ ਵਾਸਤੇ ਜਾਣਾ ਹੁੰਦਾ, ਜੀ ਜੀ ਪਰ ਇਹਦੇ ਵੱਲੋਂ ਇਹ ਕਰਕੇ ਤੇ ਬਹੁਗਿਣਤੀ ਨੂੰ ਖੁਸ਼ ਕਰਨਾ। ਦੂਸਰੀ ਸਭ ਤੋਂ ਵੱਡਾ ਹੰਕਾਰ ਉਹਨੂੰ ਇਹ ਆਪੇ ਜੋ ਮਰਜ਼ੀ ਕਰ ਲੇ, ਈਵੀ ਮਸ਼ੀਨ ਉਹਨੂੰ ਭਰੋਸਾ ਹੈ ਈਵੀ ਮਸ਼ੀਨਾਂ ਤੇ ਜੀ, ਕਿ ਈਵੀ ਮਸ਼ੀਨ ਜਿਹੜੀ ਆ ਜਿੱਥੇ ਮਰਜ਼ੀ ਵੋਟ ਪਵੇ ਉਹਨੇ ਉਹਦੇ MP ਜਿੱਤਣੇ ਜਿੱਤਣੇ ਆ, ਤੇ ਉਹਨੂੰ ਇਹ ਨਿਸ਼ਚਾ ਹੈ ਕਿ ਮੈਂ ਆਉਣ ਵਾਲੀਆਂ ਇਲੈਕਸ਼ਨਾਂ ਜਿੱਤਣੀਆਂ, ਵੋਟਾਂ ਦੇ ਸਿਰ ਤੇ ਨਹੀਂ ਜਿੱਤ ਰਿਹਾ। ਜੀ ਜੇ ਉਹਨੂੰ ਲੋਕਾਂ ਦਾ ਡਰ ਹੁੰਦਾ, ਲੋਕ ਹਿੱਤਾਂ ਦੀ ਗੱਲ ਕਰਦਾ ਜਾਂ ਲੋਕਤੰਤਰ ਤੇ ਭਰੋਸਾ ਹੁੰਦਾ ਜੀ, ਤੇ ਫਿਰ ਉਹ ਅਜੇ ਟੈਣੀ ਨੂੰ ਜੀ ਟਿਕਟ ਨਾ ਦਿੰਦਾ, ਅਜੇ ਟੈਣੀ ਨੂੰ ਟਿਕਟ ਦੇਣੀ ਇਹ ਸਿੱਧ ਕਰਦਾ ਹੈ ਕਿ ਮੋਦੀ ਈਵੀ ਮਸ਼ੀਨਾਂ ਦੇ ਉੱਤੇ ਜਿਹੜਾ ਉਹ ਭਰੋਸਾ ਉਹਨੂੰ ਜੀ ਵੀ ਮੈਂ ਇਹਨਾਂ ਦੀ ਦੁਰਵਰਤੋਂ ਕਰਕੇ ਇਲੈਕਸ਼ਨ ਜਿੱਤਣੀ ਆ ਤਾਂ ਟਿਕਟ ਦਿੱਤੀ ਆ ਜੀ। ਇਸੇ ਕਰਕੇ ਉਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਤੇ ਇਹ ਸਾਰਾ ਜਿਹੜਾ ਐਜੀਟੇਸ਼ਨ ਦੇ ਵੱਲੋਂ ਅੱਖਾਂ ਵੇਟ ਕੇ ਤੇ ਆਪਣੀ ਮਸਤੀ ਚ ਚੱਲ ਰਿਹਾ, ਜਿਵੇਂ ਮਸਤਿਆ ਹੋਇਆ ਸਰਦੀਆਂ ਦੇ ਰੁੱਤ ਵਿੱਚ ਆ ਜਿਹੜੇ ਊਠ ਨੇ ਨਾ ਇਹ ਮਸਤ ਜਾਂਦੇ ਆ ਜੀ, ਤੇ ਉਹ ਅੰਨ ਪਾਣੀ ਸਭ ਕੁਝ ਉਹ ਪੱਠਾ ਨੀਰਾ ਨਹੀਂ ਖਾਂਦੇ ਤੇ ਭੁੱਕੀ ਜਾਂਦੇ ਆ ਜੀ ਜੀ। ਇਹ ਉਸੇ ਤਰ੍ਹਾਂ ਭੁੱਕ ਰਿਹਾ ਹੈ, ਉਸੇ ਤਰ੍ਹਾਂ ਮਸਤਿਆ ਹੋਇਆ ਊਠ, ਮਸਤੇ ਹੋਏ ਊਠ ਤਰ੍ਹਾਂ ਇਹ ਚੱਲ ਰਿਹਾ ਹੈ, ਜਿਹਨੂੰ ਕਿਸੇ ਨੂੰ ਲੋਕਾਂ ਦੀ ਪਰਵਾਹ ਨਹੀਂ ਤੇ ਆਮ ਜੀ। ਪਰ ਉਹਨੂੰ ਇੱਕੋ ਗੱਲ ਹੈ ਕਿ ਮੈਂ 2024 ਦੀ ਇਲੈਕਸ਼ਨ ਜਿੱਤਣੀ ਆ, ਜਿੱਤਣੀ ਕਿਵੇਂ ਆ, ਇੱਕ ਤਾਂ ਉਹਨੇ ਇਹ ਹਿੰਦੂ ਪੱਤਾ ਖੇਡੇ, ਦੂਸਰਾ ਉਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਪੰਜਾਬ ਦਾ ਅੰਦੋਲਨ ਸਾਬਤ ਕਰ ਰਿਹਾ ਹੈ। ਸਸਰ ਸਾਹਿਬ, ਪੂਰੀ ਜਾਣਕਾਰੀ ਦੇਣ ਲਈ, ਇਸ ਮੁੱਦੇ ਦੇ ਉੱਤੇ ਆਪਣਾ ਪ੍ਰਤੀਕਰਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਦੱਸ ਦਈਏ ਕਿ ਅਜੇ ਮਿਸ਼ਰਾ ਟੈਣੀ ਨੂੰ ਖੀਰੀ ਤੋਂ, ਉੱਤਰ ਪ੍ਰਦੇਸ਼ ਦੇ ਖੀਰੀ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ, ਲੋਕ ਸਭਾ ਦੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ। ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਦਿੱਗਜ ਨੇਤਾ ਨੇ ਜਿਨ੍ਹਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਲਿਸਟ ਦੇ ਵਿੱਚ ਸ਼ਾਮਲ ਨੇ, ਅਮਿਤ ਸ਼ਾਹ ਸ਼ਾਮਲ ਨੇ, ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਨਾਮ ਨੇ ਜਿਨ੍ਹਾਂ ਨੂੰ ਪਹਿਲੀ ਸੂਚੀ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕਿਸਾਨ ਇਸ ਮਾਮਲੇ ਦੇ ਉੱਤੇ ਕੀ ਰਣਨੀਤੀ ਘੜਦੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦਵਾਜ, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ,
ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।